ਤੁਹਾਡੇ ਲਈ ਪਵਿੱਤਰ ਬਾਈਬਲ ਵਿੱਚੋਂ ਮਸੀਹ ਦੇ ਚੇਲਿਆਂ ਦੇ ਕਰਤੱਵ ਪੜ੍ਹੇ ਜਾਣਗੇ। ਸੋ ਆਓ ਪਵਿੱਤਰ ਵਚਨ ਸੁਣੀਏ। ਰਸੂਲਾਂ ਦੇ ਕਰਤੱਵ ਚੈਪਟਰ 1। ਮਾਨਯੋਗ ਥੀਓਪਲਸ, ਮੈਂ ਆਪਣੀ ਪਹਿਲੀ ਪੁਸਤਕ ਵਿੱਚ ਉਹ ਸਭ ਲਿਖਿਆ ਜੋ ਯਿਸੂ ਨੇ ਸ਼ੁਰੂ ਤੋਂ ਕੀਤਾ ਅਤੇ ਸਿਖਾਇਆ, ਉਸ ਸਮੇਂ ਤੱਕ ਜਦੋਂ ਤੱਕ ਉਹ ਉੱਪਰ ਸਵਰਗ ਵਿੱਚ ਉਠਾ ਨਾ ਲੈ ਗਏ। ਉਹਨਾਂ ਨੇ ਉੱਪਰ ਉਠਾਏ ਜਾਣ ਤੋਂ ਪਹਿਲਾਂ ਆਪਣੇ ਚੁਣੇ ਹੋਏ ਪ੍ਰਮੁੱਖ ਚੇਲਿਆਂ ਨੂੰ ਪਵਿੱਤਰ ਆਤਮਾ ਦੇ ਰਾਹੀਂ ਜ਼ਰੂਰੀ ਗੱਲਾਂ ਸਮਝਾਈਆਂ। ਉਹਨਾਂ ਨੇ ਆਪਣੀ ਮੌਤ ਦਾ ਦੁੱਖ ਭੋਗਣ ਦੇ ਪਿੱਛੋਂ ਬਹੁਤ ਸਾਰੇ ਪ੍ਰਮਾਣਾਂ ਦੇ ਰਾਹੀਂ ਆਪਣਾ ਜਿਉਂਦਾ ਹੋਣਾ ਸਿੱਧ ਕੀਤਾ। ਉਹ 40 ਦਿਨਾਂ ਤੱਕ ਉਹਨਾਂ ਨੂੰ ਦਰਸ਼ਨ ਦਿੰਦੇ ਅਤੇ ਪਰਮੇਸ਼ਰ ਦੇ ਰਾਜ ਬਾਰੇ ਦੱਸਦੇ ਰਹੇ। ਜਦੋਂ ਉਹ ਚੇਲਿਆਂ ਨੂੰ ਮਿਲੇ ਤਾਂ ਉਹਨਾਂ ਨੇ ਚੇਲਿਆਂ ਨੂੰ ਆਗਿਆ ਦਿੱਤੀ, ਯਰੂਸ਼ਲਮ ਤੋਂ ਬਾਹਰ ਨਾ ਜਾਣਾ, ਸਗੋਂ ਪਿਤਾ ਦੇ ਉਸ ਬਚਨ ਦੇ ਪੂਰਾ ਹੋਣ ਦੀ ਉਡੀਕ ਕਰਨਾ ਜਿਸ ਬਾਰੇ ਤੁਸੀਂ ਮੇਰੇ ਤੋਂ ਸੁਣਿਆ ਹੈ। ਕਿਉਂਕਿ ਯਹੂਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਥੋੜ੍ਹਿਆਂ ਹੀ ਦਿਨਾਂ ਪਿੱਛੋਂ ਤੁਸੀਂ ਪਵਿੱਤਰ ਆਤਮਾ ਨਾਲ ਬਪਤਿਸਮਾ ਪਾਓਗੇ। ਪ੍ਰਭੂ ਯਿਸੂ ਦਾ ਸਵਰਗ ਵਿੱਚ ਉਠਾਏ ਜਾਣਾ। ਜਦੋਂ ਉਹ ਸਾਰੇ ਇਕੱਠੇ ਹੋਏ ਤਾਂ ਚੇਲਿਆਂ ਨੇ ਯਿਸੂ ਤੋਂ ਪੁੱਛਿਆ, ਪ੍ਰਭੂ ਜੀ, ਕੀ ਤੁਸੀਂ ਇਸੇ ਵੇਲੇ ਇਸਰਾਇਲ ਕੌਮ ਦਾ ਰਾਜ ਫਿਰ ਸਥਾਪਿਤ ਕਰੋਗੇ? ਉਹਨਾਂ ਨੇ ਚੇਲਿਆਂ ਨੂੰ ਉੱਤਰ ਦਿੱਤਾ, ਇਹ ਤੁਹਾਡਾ ਕੰਮ ਨਹੀਂ ਹੈ ਕਿ ਉਹਨਾਂ ਨਿਸ਼ਚਿਤ ਸਮਿਆਂ ਅਤੇ ਬੇਲਿਆਂ ਬਾਰੇ ਜਾਣੋ ਜਿਨ੍ਹਾਂ ਨੂੰ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖਿਆ ਹੈ। ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਅਤੇ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ, ਤਾਂ ਤੁਸੀਂ ਯਰੂਸ਼ਲਮ ਵਿੱਚ, ਸਾਰੇ ਯਹੂਦੀਆਂ ਵਿੱਚ, ਸਾਰੇ ਸਾਮਰੀਆਂ ਵਿੱਚ ਅਤੇ ਪ੍ਰਿਥਵੀ ਦੀਆਂ ਅੰਤਮ ਹੱਦਾਂ ਤੱਕ ਮੇਰੇ ਸਾਖੀ ਹੋਵੋਗੇ। ਇਹ ਕਹਿ ਚੁੱਕਣ ਦੇ ਪਿੱਛੋਂ ਚੇਲਿਆਂ ਦੇ ਦੇਖਦਿਆਂ ਹੀ ਦੇਖਦਿਆਂ ਉਹ ਉੱਪਰ ਉਠਾ ਲੈ ਗਏ ਅਤੇ ਬੱਦਲ ਨੇ ਉਹਨਾਂ ਨੂੰ ਚੇਲਿਆਂ ਦੀਆਂ ਅੱਖਾਂ ਤੋਂ ਲੁਕਾ ਲਿਆ। ਅਜੇ ਉਹ ਉੱਪਰ ਆਕਾਸ਼ ਵੱਲ ਬੜੇ ਧਿਆਨ ਨਾਲ ਯਿਸੂ ਨੂੰ ਜਾਂਦਿਆਂ ਦੇਖ ਹੀ ਰਹੇ ਸਨ ਕਿ ਅਚਾਨਕ ਚਿੱਟੇ ਕੱਪੜੇ ਪਾਏ ਹੋਏ ਦੋ ਆਦਮੀ ਉਹਨਾਂ ਦੇ ਕੋਲ ਆਣ ਖਲੋਤੇ। ਉਹ ਬੋਲੇ, ਹੇ ਗਲੀਲੀ ਆਦਮੀਓ, ਤੁਸੀਂ ਖੜ੍ਹੇ ਆਕਾਸ਼ ਵੱਲ ਕਿਉਂ ਤੱਕ ਰਹੇ ਹੋ? ਇਹ ਹੀ ਯਿਸੂ ਜਿਹੜੇ ਤੁਹਾਡੇ ਕੋਲੋਂ ਆਕਾਸ਼ 'ਤੇ ਉਠਾ ਲੈ ਗਏ ਹਨ, ਇਸੇ ਤਰ੍ਹਾਂ ਫਿਰ ਆਉਣਗੇ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਆਕਾਸ਼ 'ਤੇ ਜਾਂਦਿਆਂ ਦੇਖਿਆ ਹੈ। ਯਹੂਦਾ ਦੇ ਉੱਤਰਾਧਿਕਾਰੀ ਦੀ ਚੋਣ। ਫਿਰ ਚੇਲੇ ਜੈਤੂਨ ਕੰਜ ਨਾਂ ਦੇ ਪਹਾੜ ਤੋਂ ਯਰੂਸ਼ਲਮ ਨੂੰ ਵਾਪਸ ਆਏ। ਇਹ ਪਹਾੜ ਯਰੂਸ਼ਲਮ ਤੋਂ ਕੋਈ 1 ਕਿਲੋਮੀਟਰ ਦੂਰ ਹੈ। ਸ਼ਹਿਰ ਵਿੱਚ ਵਾਪਸ ਆ ਕੇ ਉਸ ਚੁਬਾਰੇ ਵਿੱਚ ਗਏ ਜਿੱਥੇ ਉਹ ਰਹਿ ਰਹੇ ਸਨ। ਪਤਰਸ, ਯਹੂਨਾ, ਯਾਕੂਬ, ਅੰਦਰਿਆਜਾਸ, ਫਿਲਪਸ, ਥੋਮਾ, ਬਰਥਲਮਈ, ਮਤੀ, ਹਲਫਾਈ ਦਾ ਪੁੱਤਰ ਯਾਕੂਬ, ਸਮੂਨ ਦੇਸ਼ ਭਗਤ ਅਤੇ ਯਾਕੂਬ ਦਾ ਪੁੱਤਰ ਯਹੂਦਾ, ਉਹ ਸਾਰੇ ਜਿਨ੍ਹਾਂ ਵਿੱਚ ਕੁਝ ਔਰਤਾਂ, ਯਿਸੂ ਦੀ ਮਾਤਾ ਮਰੀਅਮ ਅਤੇ ਉਹਨਾਂ ਦੇ ਭਰਾ ਵੀ ਸਨ, ਇੱਕ ਮਨ ਹੋ ਕੇ ਪ੍ਰਾਰਥਨਾ ਵਿੱਚ ਰੁੱਝੇ ਰਹੇ। ਇਹਨਾਂ ਹੀ ਦਿਨਾਂ ਵਿੱਚ ਪਤਰਸ ਇਕੱਠੇ ਹੋਏ ਭਰਾਵਾਂ ਦੇ ਸਾਹਮਣੇ ਖੜ੍ਹਾ ਹੋਇਆ, ਜਿਨ੍ਹਾਂ ਦੀ ਗਿਣਤੀ ਕੋਈ 120 ਸੀ, ਅਤੇ ਬੋਲਿਆ, ਭਰਾਵੋ, ਇਹ ਜ਼ਰੂਰੀ ਸੀ ਕਿ ਧਰਮ ਗ੍ਰੰਥ ਦਾ ਵਾਕ ਪੂਰਾ ਹੋਵੇ ਜਿਹੜਾ ਪਵਿੱਤਰ ਆਤਮਾ ਨੇ ਦੌਗ ਦੇ ਦੁਆਰਾ ਯਹੂਦਾ ਬਾਰੇ ਪਹਿਲਾਂ ਹੀ ਕਿਹਾ ਸੀ, ਜੋ ਯਿਸੂ ਦੇ ਫੜਨ ਵਾਲਿਆਂ ਦਾ ਪਥ ਪ੍ਰਦਰਸ਼ਕ ਸੀ। ਯਹੂਦਾ ਸਾਡੇ ਵਿੱਚੋਂ ਇੱਕ ਸੀ ਅਤੇ ਉਹ ਸਾਡੇ ਨਾਲ ਇਸੇ ਸੇਵਾ ਲਈ ਚੁਣਿਆ ਗਿਆ ਸੀ। ਯਹੂਦਾ ਨੇ ਆਪਣੇ ਇਸ ਧਰਮ ਦੇ ਪੈਸੇ ਨਾਲ ਇੱਕ ਖੇਤ ਮੁੱਲ ਲਿਆ, ਉੱਥੇ ਉਹ ਸਿਰ ਦੇ ਭਾਰ ਡਿੱਗਾ ਅਤੇ ਉਸਦਾ ਪੇਟ ਪਾਟ ਗਿਆ, ਜਿਸ ਕਾਰਨ ਉਸਦੀਆਂ ਸਾਰੀਆਂ ਆਂਦਰਾਂ ਬਾਹਰ ਨਿਕਲ ਆਈਆਂ। ਯਰੂਸ਼ਲਮ ਦੇ ਸਾਰੇ ਨਿਵਾਸੀ ਇਹ ਜਾਣ ਗਏ, ਇਸ ਲਈ ਉਹਨਾਂ ਦੀ ਬੋਲੀ ਵਿੱਚ ਉਹ ਖੇਤ ਹਕਲਦਮਾ ਅਰਥਾਤ ਲਹੂ ਦਾ ਖੇਤ ਅਖਵਾਇਆ। ਭਜਨ ਦੀ ਪੋਥੀ ਵਿੱਚ ਵੀ ਲਿਖਿਆ ਹੋਇਆ ਹੈ, ਉਸਦੇ ਰਹਿਣ ਦੀ ਥਾਂ ਬਿਰਾਨ ਹੋ ਜਾਵੇ, ਉਸ ਵਿੱਚ ਰਹਿਣ ਵਾਲਾ ਕੋਈ ਨਾ ਹੋਵੇ। ਫਿਰ ਇਹ ਵੀ ਹੈ, ਉਸਦੀ ਥਾਂ ਕੋਈ ਦੂਜਾ ਸੰਭਾਲੇ। ਇਸ ਲਈ ਇਹ ਜ਼ਰੂਰੀ ਹੈ ਕਿ ਇੱਕ ਆਦਮੀ ਸਾਡੇ ਨਾਲ ਪ੍ਰਭੂ ਯਿਸੂ ਦੇ ਫਿਰ ਜ਼ਿੰਦਾ ਹੋਣ ਦਾ ਗਵਾਹ ਬਣੇ। ਇਹ ਆਦਮੀ ਉਹਨਾਂ ਆਦਮੀਆਂ ਵਿੱਚੋਂ ਹੋਣਾ ਚਾਹੀਦਾ ਹੈ
जेड़े उस सारे समय विच यूहन्ना दे बपतिस्मा तो लैके यीशु दे स्वर्ग विच उठाए जाण तक जदों कि यीशु साडे विच आउंदे जांदे रहे लगातार साडे नाल सन। इस ते उन्होंने दो आदमी नूं अगे कीता, एक यूसुफ जो बरसबा अखवाउंदा सी जिसका उपनाम यूस्तुस सी, दूजा मत्तिया। फिर उन्होंने इस तरह प्रार्थना की, हे प्रभु तू सारियां दे दिलां नूं जानदा है, इसलिए साडे उत्ते प्रगट कर कि इन्हां दोहां विच्चों तू किस नूं चुनिया है कि वह प्रमुख चेला होण दा पद प्राप्त करे जिस नूं छड्ड के यहूदा अपनी थां ते चला गया है। फिर उन्हां दोहां लई परचियां पाईआं गईआं अते परची मत्तिया दे नां दी निकली। इस तरह मत्तिया 11 प्रमुख चेलियां दे नाल शामिल किया गया। चैप्टर 2 पवित्र आत्मा दा उतरना। ए पंतेकुस दे त्योहार दा दिन सी, ओ सारे एक थां इकट्ठे सन। अचानक आकाश तो एक बहुत तेज हनेरी वर्गी आवाज आई अते उस नाल सारा घर गूंज उठिया जिस विच ओ बैठे हुए सन। फिर उन्हां नूं अग वर्गियां जीबां वक्रियां हुंदियां दिखाई दित्तियां जिहड़ियां उन्हां विच्चों हर एक ते आ ठहरियां। ओ सारे पवित्र आत्मा नाल भर गए अते पराईयां बोलियां बोलन लग पए जिवें पवित्र आत्मा ने उन्हां नूं बोलन लई उभारिया। उस समय संसार दे सारे देशां दे शरदालू यहूदी यरूशलम विच आए हुए सन। जदों ए आवाज आई तां भीड़ लग गई, लोकी घबरा गए क्योंकि हर कोई चेलियां नूं अपनी ही बोली बोलदे सुन रहा सी। सारे लोकी हैरान सन अते ओ हैरानगी विच ही कहन लगे कि ए सारे जड़े बोल रहे हन गलील निवासी नहीं हन? फिर असी सारे किस तरह अपने अपने देश दी भाषा सुन रहे हां? असी जड़े पारथी मेदी इलामी मसोपोतामिया यहूदिया कपदूकिया पंतस एशिया फरूगिया पंफुलिया मिसर कुरेने दे लागले प्रांत लिबिया दे रहन वाले रोमी मुसाफर यहूदी अते दूजे जिना यहूदी मत स्वीकार कीता क्रेत अते अरब दे रहन वाले हां, असी सारे अपने अपनी भाषा विच परमेश्वर दे महान कम्मा बारे सुन रहे हां। ओ सारे हैरान सन अते घबराए होए एक दूजे तो पुछन लगे इस दा की अर्थ हो सकदा है? पर कुछ दूजे लोकी चेलियां नूं ठठे करदे होए बोले ए तां ताजी शराब पी के मस्त हो चुके हन। पतरस दा उपदेश। तद पतरस ने दूजे 11 प्रमुख चेलियां दे नाल खड़े होके उच्ची आवाज नाल लोकां नूं इस तरह कहना शुरू कीता, यहूदी भरावो अते यरूशलम दे सब रहन वालियो, मेरे कोल तुहाडे लई इक जानकारी है। मेरे शब्दां नूं ध्यान नाल सुनना, ए लोकी नशे विच नहीं हन जिस तरह तुसी सोच रहे हो, अजे तां सवेर दे 9 ही वजे हन। असल विच ए ओ गल है जिहड़ी योएल नबी ने कही सी, अंतम दिनां विच मैं इस तरह करांगा, परमेश्वर ने कहा, मैं अपनी आत्मा नूं सब मनुखां उत्ते डोलांगा, फिर तुहाडे पुत्र अते पुत्रियां अगमी वाक करनगे, तुहाडे नौजवान दर्शन देखणगे अते तुहाडे बजुर्ग सुपने देखणगे। मैं अपने दासां अते दासियां उत्ते वी उहनां दिनां विच अपनी आत्मा डोलांगा अते ओह अगमी वाक करनगे। मैं उपर आकाश विच चमत्कार अते थल्ले जमीन ते चिन्ह दिखावांगा, अर्थात लहू अग धुएं दे बदल आदि। सूरज अनेरा हो जावेगा अते चंद्रमा लहू दी तरां लाल। प्रभु दे महान अते महिमा वाले दिन दे आउण तों पहलां अते जो कोई प्रभु दा नाम लवेगा वो मुक्ति पावेगा। इसराइली प्रावो ए गल सुनो, परमेश्वर ने नासरत दे रहन वाले यीशु नां दे मनुख नूं शक्तिशाली कम्मा चमत्कारां अते चिन्हां दे द्वारा तुहाडे सामने प्रमाणित कीता। ए परमेश्वर ने
यीशु दे राही थवाडे विचकार ही कीते सन अते तुसी आप ए जानदे हो। यीशु परमेश्वर दी निश्चित योजना अते पूरन ज्ञान दे अनुसार फड़वाए गए अते तुसा उना नू अतर्मिया दे द्वारा सलीब उते चढ़ा के मार दिता। परमेश्वर ने उना नू मुर्दियां विच्चों जिंदा करके मौत दिया कोर पीड़ा तो मुक्त कर दिता, क्योंकि ए असंभव सी कि मौत उना नू अपने काबू विच रखे। दाऊद ने उना दे बारे कहा, मैं प्रभु नू हमेशा अपने सामने देखदा रहा, क्योंकि ओ मेरे सज्जे पासे है कि मैं डोल ना जावा। इस कारण मेरा मन आनंदित होया अते मेरी जबान खुश। हुन मेरा शरीर आसा विच जीवेगा, क्योंकि तू मेरे प्राण नू पताल विच नहीं छड़ेंगा अते तू अपने भगत नू बुरे अनुभव नहीं होण देवेंगा। तू मैनू जीवन दा राह दिखाया है अते तू अपने दर्शन द्वारा मैनू आनंद नाल भरेंगा। भरावो, मैनू कुल प्रमुख दाऊद दे बारे साफ साफ कहन दी आग्या दियो। ओ मर गया, दबिया गया अते उस दी कबर अज तक साडे इत्थे है। ओ नबी सी, इसे लई उसने ए जानदे होए कि परमेश्वर ने उस नाल सौं खादी है, तेरी कुल विच्चों एक मनुख नू तेरी राजगद्दी उत्ते विराजमान करांगा। उसने पहले ही जानदिया होया मसीह दे फिर मुर्दियां विच्चों जी उठन बारे कहा, ना ता ओ पताल विच छड्या गया अते ना ही उसदा शरीर सड़िया। इसे यीशु नू परमेश्वर ने मुर्दियां विच्चों जिंदा किता, जिस दे असी सारे गवाह हां। इस तरह ओ परमेश्वर दे सज्जे हथ उच्चे किते गए अते उस ते पवित्र आत्मा प्राप्त करके, जिसदा पिता ने वचन दिता सी, डोल दिती जो तुसी देख रहे अते सुन रहे हो। दाऊद आप ता स्वर्ग ते नहीं चढ़िया सी, सगों उसने आप कहा, प्रभु ने मेरे प्रभु नू कहा, मेरे सज्जे हथ बैठ जदों तक कि मैं तेरे वैरियां नू तेरे पैरां दी चौंकी ना बना दिया। इसलिए सारी इसराइल कौम पक्के तौर ते जान लवे कि जिस यीशु नू तुसी सलीब उत्ते चढ़ाया उसे नू परमेश्वर ने प्रभु अते मसीह बना दिता। ਇਹ ਸੁਣ ਕੇ ਉਹਨਾਂ ਦੇ ਦਿਲਾਂ ਤੇ ਬਹੁਤ ਅਸਰ ਹੋਇਆ। ਇਸ ਲਈ ਉਹਨਾਂ ਨੇ ਪਤਰਸ ਅਤੇ ਦੂਜੇ ਪ੍ਰਮੁੱਖ ਚੇਲਿਆਂ ਤੋਂ ਪੁੱਛਿਆ, ਭਰਾਵੋ ਅਸੀਂ ਕੀ ਕਰੀਏ? ਪਤਰਸ ਨੇ ਉਹਨਾਂ ਨੂੰ ਕਿਹਾ, ਤੁਹਾਡੇ ਵਿੱਚੋਂ ਹਰ ਕੋਈ ਆਪਣੇ ਪਾਪਾਂ ਤੋਂ ਮੁੜੇ ਅਤੇ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲਵੇ ਤਾਂ ਜੋ ਤੁਹਾਡੇ ਪਾਪ ਮਾਫ਼ ਹੋ ਜਾਣ। ਇਸ ਤੋਂ ਤੁਹਾਨੂੰ ਪਵਿੱਤਰ ਆਤਮਾ ਵਰਦਾਨ ਦੇ ਤੌਰ ਤੇ ਮਿਲੇਗੀ, क्योंकि प्रतिज्ञा थवाडे लई, थवाडे बच्चियां लई अते सारियां लई जिहड़े दूर हन अते ओ जिन्हां नू साडा प्रभु परमेश्वर अपने कोल सद्दा है। होर भी बहुत सारियां गल्लां द्वारा पतरस ने उहनां ते जोर दिता अते उहनां नू इह कहिंदे होए उत्साह दिता, अपने आप नू इस भ्रिष्ट पीढ़ी तों बचाओ। जिन्हां लोकां ने दिलों पतरस दे उपदेश नू स्वीकार किता उन्हां नू बपतिस्मा दिता गया। उस दिन कोई 3,000 दी गिनती विच लोकी उन्हां विच आ मिले। ओ सब बड़ी श्रद्धा नाल प्रमुख चेलियां तो सिख्या लैंदे, सांझा जीवन गुजारदे, सांझे लंगर विच खांदे पींदे अते प्रभु दी भगती विच लगे रहिंदे सन। विश्वासियां दा समाजिक जीवन। सब पैपीत सन क्योंकि प्रमुख चेलियां द्वारा बहुत चमत्कार अते चिन्ह हुंदे सन। सारे विश्वासी इकट्ठे रहिंदे सन अते उन्हां दा सब कुछ सांझा सी। ओ अपनी जायदाद अते जो कुछ उन्हां कोल हुंदा वेच दिंदे अते हर एक नू लोड़ अनुसार वंड दिंदे सन। हर दिन ओ एक मन हो के मंदर विच इकट्ठे हुंदे सन। खुशी अते संतोख नाल ਘਰਾਂ ਵਿੱਚ ਪ੍ਰੇਮ ਭੋਜਨ ਕਰਦੇ ਸਨ। ਉਹ ਪਰਮੇਸ਼ਵਰ ਦੀ ਮਹਿਮਾ ਕਰਦੇ ਅਤੇ ਲੋਕਾਂ ਦੇ ਪ੍ਰੇਮ ਪਾਤਰ ਸਨ। ਪ੍ਰਭੂ ਪਰਮੇਸ਼ਵਰ ਮੁਕਤੀ ਪ੍ਰਾਪਤ ਕਰਨ ਵਾਲਿਆਂ ਨੂੰ ਹਰ ਦਿਨ ਉਹਨਾਂ ਵਿੱਚ ਮਿਲਾ ਦਿੰਦਾ ਸੀ। ਚੈਪਟਰ 3 ਇੱਕ ਲੰਗੇ ਦਾ ਠੀਕ ਹੋਣਾ। ਇੱਕ ਦਿਨ
पतरस ਅਤੇ ਯੋਹੰਨਾ ਦਿਨ ਦੇ 3 ਵਜੇ ਪ੍ਰਾਰਥਨਾ ਦੇ ਵੇਲੇ ਮੰਦਰ ਵੱਲ ਜਾ ਰਹੇ ਸਨ। ਮੰਦਰ ਦੇ ਸੁੰਦਰ ਨਾਂ ਦੇ ਦਰਵਾਜ਼ੇ ਤੇ ਇੱਕ ਜਨਮ ਦਾ ਲੰਗਾ ਆਦਮੀ ਬੈਠਦਾ ਸੀ। ਲੋਕੀ ਹਰ ਰੋਜ਼ ਉਸ ਨੂੰ ਲਿਆ ਕੇ ਇੱਥੇ ਛੱਡ ਜਾਂਦੇ ਸਨ ਕਿ ਉਹ ਮੰਦਰ ਵਿੱਚ ਆਉਣ ਜਾਣ ਵਾਲਿਆਂ ਤੋਂ ਭੀਖ ਮੰਗੇ। ਜਦੋਂ ਉਸ ਨੇ ਪਤਰਸ ਅਤੇ ਯੋਹੰਨਾ ਨੂੰ ਦੇਖਿਆ ਕਿ ਉਹ ਮੰਦਰ ਵਿੱਚ ਪ੍ਰਵੇਸ਼ ਕਰਨ ਵਾਲੇ ਹਨ ਤਾਂ ਉਸ ਨੇ ਉਹਨਾਂ ਤੋਂ ਵੀ ਭੀਖ ਮੰਗੀ। ਇਸ 'ਤੇ ਪਤਰਸ ਅਤੇ ਯੋਹੰਨਾ ਨੇ ਵੀ ਉਸ ਵੱਲ ਬੜੇ ਧਿਆਨ ਨਾਲ ਦੇਖਿਆ ਅਤੇ ਪਤਰਸ ਨੇ ਕਿਹਾ, ਸਾਡੇ ਵੱਲ ਤੱਕ। ਕੁਝ ਮਿਲਣ ਦੀ ਆਸ ਨਾਲ ਉਹ ਉਹਨਾਂ ਵੱਲ ਤੱਕਣ ਲੱਗਾ। ਪਤਰਸ ਨੇ ਉਸ ਨੂੰ ਕਿਹਾ, ਚਾਂਦੀ ਸੋਨਾ ਤਾਂ ਮੇਰੇ ਕੋਲ ਹੈ ਨਹੀਂ, ਪਰ ਜੋ ਕੁਝ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ। ਨਾਸਰਤ ਨਿਵਾਸੀ ਯੇਸ਼ੂ ਮਸੀਹ ਦੇ ਨਾਂ ਉੱਤੇ ਚੱਲ ਫਿਰ। ਫਿਰ ਪਤਰਸ ਨੇ ਉਸ ਦਾ ਸੱਜਾ ਹੱਥ ਫੜ ਕੇ ਉਸ ਨੂੰ ਖੜਾ ਕੀਤਾ। ਉਸੇ ਵੇਲੇ ਉਸ ਦੇ ਪੈਰਾਂ ਅਤੇ ਗੋਡਿਆਂ ਵਿੱਚ ਤਾਕਤ ਆ ਗਈ। ਉਹ ਇੱਕਦਮ ਛਾਲ ਮਾਰ ਕੇ ਉੱਠਿਆ ਅਤੇ ਚੱਲਣ ਫਿਰਨ ਲੱਗਾ। ਫਿਰ ਉਹ ਉਹਨਾਂ ਦੇ ਨਾਲ ਮੰਦਰ ਵਿੱਚ ਚੱਲਦਾ, ਉਛਲਦਾ ਅਤੇ ਪਰਮੇਸ਼ਵਰ ਦੀ ਵਡਿਆਈ ਕਰਦਾ ਹੋਇਆ ਗਿਆ। ਸਾਰੇ ਲੋਕਾਂ ਨੇ ਉਸ ਨੂੰ ਚੱਲਦੇ ਅਤੇ ਪਰਮੇਸ਼ਵਰ ਦੀ ਵਡਿਆਈ ਕਰਦੇ ਹੋਇਆਂ ਦੇਖ ਕੇ ਪਛਾਣ ਲਿਆ ਕਿ ਇਹ ਉਹੀ ਮੰਗਤਾ ਹੈ ਜਿਹੜਾ ਮੰਦਰ ਦੇ ਸੁੰਦਰ ਦੁਆਰ 'ਤੇ ਬੈਠਾ ਹੁੰਦਾ ਸੀ। ਉਸ ਦੇ ਨਾਲ ਵਾਪਰੇ ਚਮਤਕਾਰ ਨੂੰ ਦੇਖ ਕੇ ਲੋਕੀ ਹੈਰਾਨ ਅਤੇ ਹੱਕੇ ਬੱਕੇ ਰਹਿ ਗਏ। ਪਤਰਸ ਦਾ ਮੰਦਰ ਵਿੱਚ ਉਪਦੇਸ਼। ਉਹ ਆਦਮੀ ਪਤਰਸ ਅਤੇ ਯੋਹੰਨਾ ਦੇ ਪਿੱਛੇ ਲੱਗਾ ਰਿਹਾ। ਇਸ ਲਈ ਸਾਰੀ ਹੱਕੀ ਬੱਕੀ ਜਨਤਾ ਉਹਨਾਂ ਦੇ ਵੱਲ ਦੌੜੀ ਅਤੇ ਸੁਲੇਮਾਨ ਦੀ ਡੇੜੀ ਵਿੱਚ ਆ ਗਈ। ਇਸ ਉੱਤੇ ਪਤਰਸ ਨੇ ਲੋਕਾਂ ਨੂੰ ਕਿਹਾ, ਇਸਰਾਇਲੀ ਭਰਾਵੋ, ਤੁਸੀਂ ਇਸ ਉੱਤੇ ਕਿਉਂ ਹੈਰਾਨ ਹੋ ਅਤੇ ਕਿਉਂ ਸਾਡੇ ਵੱਲ ਵੇਖ ਰਹੇ ਹੋ, ਜਿਵੇਂ ਅਸੀਂ ਆਪਣੀ ਹੀ ਸ਼ਕਤੀ ਅਤੇ ਭਗਤੀ ਨਾਲ ਇਸ ਨੂੰ ਚੱਲਦਿਆਂ ਫਿਰਦਿਆਂ ਕਰ ਦਿੱਤਾ ਹੈ। ਅਬਰਾਹਮ, ਇਸਹਾਕ, ਯਾਕੂਬ ਅਤੇ ਸਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਆਪਣੇ ਦਾਸ ਯੇਸੂ ਨੂੰ ਵਡਿਆਇਆ ਹੈ। ਉਸ ਨੂੰ ਤੁਸੀਂ ਵੈਰੀਆਂ ਦੇ ਹੱਥੀਂ ਫੜਵਾ ਦਿੱਤਾ ਅਤੇ ਪਿਲਾਤੂਸ ਦੇ ਸਾਹਮਣੇ ਉਸ ਨੂੰ ਰੱਦਿਆ, ਜਦੋਂ ਕਿ ਪਿਲਾਤੂਸ ਨੇ ਉਸ ਨੂੰ ਛੱਡਣ ਦਾ ਫੈਸਲਾ ਕੀਤਾ ਸੀ। ਤਾਂ ਤੁਸੀਂ ਪਵਿੱਤਰ ਅਤੇ ਧਰਮੀ ਨੂੰ ਰੱਦ ਦਿੱਤਾ ਅਤੇ ਇੱਕ ਕਾਤਲ ਨੂੰ ਛੱਡ ਦੇਣ ਦੀ ਮੰਗ ਕੀਤੀ। ਇਸ ਤਰ੍ਹਾਂ ਤੁਸੀਂ ਉਸ ਨੂੰ ਮਾਰ ਦਿੱਤਾ ਜੋ ਜੀਵਨ ਦਾ ਮੁੱਢ ਹੈ। ਪਰ ਪਰਮੇਸ਼ਵਰ ਨੇ ਉਸ ਨੂੰ ਫਿਰ ਮੁਰਦਿਆਂ ਵਿੱਚੋਂ ਜ਼ਿੰਦਾ ਕਰ ਦਿੱਤਾ, ਜਿਸ ਦੇ ਅਸੀਂ ਗਵਾਹ ਹਾਂ। ਯੇਸੂ ਦੇ ਨਾਂ 'ਤੇ ਉਸ ਵਿਸ਼ਵਾਸ ਦੇ ਦੁਆਰਾ ਜਿਹੜਾ ਉਸਦੇ ਨਾਂ ਉੱਤੇ ਹੈ, ਇਸ ਆਦਮੀ ਨੂੰ ਜਿਸ ਨੂੰ ਤੁਸੀਂ ਦੇਖਦੇ ਅਤੇ ਜਾਣਦੇ ਹੋ, ਸ਼ਕਤੀ ਮਿਲੀ ਹੈ। ਜੋ ਵਿਸ਼ਵਾਸ ਯੇਸੂ ਦੁਆਰਾ ਮਿਲਦਾ ਹੈ, ਉਸ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਇਸ ਨੂੰ ਪੂਰਨ ਨਰੋਇਆ ਕਰ ਦਿੱਤਾ ਹੈ। ਹੁਣ ਭਰਾਵੋ, ਮੈਂ ਜਾਣਦਾ ਹਾਂ ਕਿ ਤੁਸੀਂ ਅਤੇ ਤੁਹਾਡੇ ਨੇਤਾਵਾਂ ਨੇ ਇਹ ਕੰਮ ਅਣਜਾਣ ਪੁਣੇ ਵਿੱਚ ਕੀਤਾ। ਪਰਮੇਸ਼ਵਰ ਨੇ ਪਹਿਲੇ ਹੀ ਸਭ ਨਵੀਆਂ ਦੇ ਰਾਹੀਂ ਇਹ ਦੱਸ ਦਿੱਤਾ ਸੀ ਕਿ ਉਸ ਦਾ ਮਸੀਹ ਦੁੱਖ ਸਹੇਗਾ, ਅਤੇ ਇਹ ਉਸ ਨੇ ਇਸ ਤਰ੍ਹਾਂ ਪੂਰਾ ਕੀਤਾ। ਸੋ ਆਪਣੇ ਬੁਰੇ ਕੰਮਾਂ ਨੂੰ ਛੱਡੋ ਅਤੇ ਪਰਮੇਸ਼ਵਰ ਵੱਲ ਮੁੜੋ ਕਿ ਉਹ ਤੁਹਾਡੇ ਪਾਪ ਮਿਟਾ ਦੇਵੇ, ਜਿਸ ਤੋਂ ਫਿਰ ਤੁਹਾਨੂੰ ਸੁਰਜੀਤ ਹੋਣ ਦਾ ਸਮਾਂ ਪ੍ਰਭੂ ਤੋਂ ਮਿਲੇ ਅਤੇ ਉਹ ਤੁਹਾਡੇ ਲਈ ਪਹਿਲਾਂ ਨਿਯੁਕਤ ਮਸੀਹ ਅਰਥਾਤ ਯੇਸੂ ਨੂੰ ਘੱਲੇ। ਪਰ ਇਹ ਜ਼ਰੂਰੀ ਹੈ ਕਿ ਉਹ ਸਵਰਗ ਵਿੱਚ ਉਸ ਸਮੇਂ ਤੱਕ ਰਹੇ ਜਦੋਂ ਤੱਕ ਕਿ ਸਭ ਚੀਜ਼ਾਂ ਪੁਨਰ ਸਥਾਪਿਤ ਨਾ ਹੋ ਜਾਣ, ਜਿਸ ਦੇ ਬਾਰੇ ਪਰਮੇਸ਼ਵਰ ਨੇ ਸਦਾ ਆਪਣੇ ਪਵਿੱਤਰ ਨਵੀਆਂ ਦੇ ਰਾਹੀਂ ਕਿਹਾ ਹੈ। ਮੂਸਾ ਨੇ ਵੀ ਕਿਹਾ, ਪ੍ਰਭੂ ਪਰਮੇਸ਼ਵਰ ਤੁਹਾਡੇ ਲਈ ਤੁਹਾਡੇ ਭਰਾਵਾਂ ਵਿੱਚੋਂ ਇੱਕ ਨਵੀਂ ਨੂੰ ਖੜ੍ਹਾ ਕਰੇਗਾ, ਜਿਸ ਤਰ੍ਹਾਂ ਉਸਨੇ ਮੈਨੂੰ ਖੜ੍ਹਾ ਕੀਤਾ। ਜੋ ਕੁਝ ਵੀ ਉਹ ਤੁਹਾਨੂੰ ਕਹੇ, ਉਸਨੂੰ ਜ਼ਰੂਰ ਸੁਣਨਾ। ਜੋ ਕੋਈ ਵੀ ਉਸ ਨਵੀਂ ਦੀ ਨਾ ਸੁਣੇ, ਉਹ ਆਪਣੇ ਲੋਕਾਂ ਵਿੱਚੋਂ
नाश किया जाए। सारे नबियां ने सामुएल तो लैके अते उस दे पिछों आउण वालियां ने जिन्हां कोल संदेश सी इन्हां दिनां दी घोषणा की। तुसी नबियां अते उस नेम दी संतान हो जो परमेश्वर ने तुहाडे पुरखियां नाल अब्राहम नूं इह कह के वन्या सी, तेरे वंश द्वारा संसार दीआं सब जातियां असीस पाउणगीआं। परमेश्वर ने अपने दास नूं चुणिआ अते सब तों पहलां तुहाडे कोल कल्लिआ कि तुहाडे विच्चों हर एक नूं तुहाडे बुरे राहां तों मोड़े। मस
और चाहिए बंधन जो तोड़े ऐसा जोर चाहिए तेरा माहौल चाहिए शिफा की कुवत चाहिए तेरा जलाल चाहिए कुदरत और कुवत चाहिए रूह का मसा चाहिए लहू का जोर चाहिए रूह की तलवार चाहिए तेरे रूह का मसा हमें और चाहिए और चाहिए और चाहिए तेरा जलाल हमें और चाहिए देख रहे हैं पैगाम टीवी।